ਵੀ ਜਿਹੜਾ ਵਿਰੋਧ ਹੈ ਕਈ ਧਿਰਾਂ ਜਿਹੜੀਆਂ ਬਾਬਿਆਂ ਦੀ ਇਕੱਠੀਆਂ ਹੋ ਕੇ ਉਸੇ ਤਰੀਕੇ ਨਾਲ ਜਿੱਦਾਂ ਅੰਮ੍ਰਿਤਸਰ ਅੰਮ੍ਰਿਤਸਰ ਤਾਂ ਜ਼ਿਆਦਾ ਵੱਡੇ ਪੱਧਰ ਦਾ ਸੀਗਾ, ਇੱਥੇ ਤਾਂ ਗਰਲਾਲ ਸਿੰਘ ਜਿਹੜਾ ਹੈਗਾ ਉਹ ਮੋਹਰੀ ਬਣ ਕੇ ਸਾਰਿਆਂ ਦਾ ਜਿੱਦਾਂ ਉਹ ਵਿਰੋਧ ਦੇ ਵਿੱਚ ਲੈ ਕੇ ਜਿਹੜਾ ਉੱਥੇ ਡੀਸੀ ਦਫ਼ਤਰ ਸ਼ਾਇਦ ਮੈਨੂੰ ਲੱਗਦਾ ਉਹ ਵੀ ਉਸੇ ਤਰੀਕੇ ਨਾਲ ਹੀ ਜਿਹੜਾ ਜਾ ਕੇ ਆਇਆ। ਉਹਦੇ ਵਿੱਚ ਵੀ ਲੰਬੀ ਲਿਸਟ ਜਿਹੜੀ ਹੈ ਬਾਬਿਆਂ ਦੀ ਜਿਹੜੀ ਆਈ ਹੈ ਜਿਨ੍ਹਾਂ ਨੇ ਵਿਰੋਧ ਕੀਤਾ, ਉਹਦੇ ਵਿੱਚ ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਸੁਰਜੀਤ ਸਿੰਘ ਮਹਿਰੋਂ, ਬਾਬਾ ਮਹਿੰਦਰ ਸਿੰਘ, ਬਾਬਾ ਗੁਰਜੰਟ ਸਿੰਘ, ਏਦਾਂ ਬਹੁਤ ਸਾਰੇ ਬੰਦਿਆਂ ਦੇ ਨਾਂ ਜਿਹੜੇ ਇੱਥੇ ਮੈਸੀ ਦੇ ਵਿੱਚ ਕਬੀਰ ਨੇ ਭੇਜੇ ਵੀ ਆ ਜਿਹਦੇ ਵਿੱਚ ਜਿਹਨਾਂ ਬੰਦੇ ਕਰ ਰਹੇ ਆ। ਹੁਣ ਉਹਦੇ ਵਿੱਚ ਸਭ ਤੋਂ ਹੈਰਾਨੀ ਵਾਲੀ ਜਿਹੜੀ ਗੱਲ ਹੈ ਨਾ ਉਹ ਇਹ ਹੈ ਵੀ ਮੋਗਾ ਏਰੀਆ ਹੈਗਾ ਭਾਈ ਪੰਥਪ੍ਰੀਤ ਸਿੰਘ ਹਰਿਆਂ ਦਾ, ਹਾਂਜੀ, ਉਸ ਏਰੀਏ ਦੇ ਵਿੱਚ ਉਹਨਾਂ ਦੇ ਬਹੁਤ ਦੀਵਾਨ ਲੱਗਦੇ ਆ ਉਸ ਏਰੀਏ ਦੇ ਨਾਲ ਨਾਲ ਪਿੰਡਾਂ ਦੇ ਵਿੱਚ, ਬਾਘਾ ਪੁਰਾਣਾ ਹੋਰ ਜਿੰਨੇ ਨਾਲ ਨਾਲ ਪਿੰਡ ਹੈ ਉੱਥੇ ਆਮ ਹੀ ਜਿਹੜਾ ਉਹਨਾਂ ਦਾ ਪ੍ਰਚਾਰ ਜਿਹੜਾ ਬੜਾ ਜ਼ੋਰਾਂ ਤੇ ਆ ਤੇ ਇਹ ਗੱਲ ਜਿਹੜੀ ਆ ਉਹ ਬੜੇ ਦਾਅਵੇ ਨਾਲ ਕਰਦੇ ਸੀ ਵੀ ਮਾਲਵੇ ਦੇ ਵਿੱਚੋਂ ਸਫਾਇਆ ਕਰਤਾ ਬਾਬਿਆਂ ਦਾ ਸਾਡੇ ਪ੍ਰਚਾਰ ਨੇ। ਸਾਨੂੰ ਤਾਂ ਚਲੋ ਜ਼ਮੀਨੀ ਪੱਧਰ ਤੇ ਕੋਈ ਨਜ਼ਰ ਤਾਂ ਨਹੀਂ ਆ ਰਿਹਾ ਗਾ, ਪਰ ਇਸ ਗੱਲੋਂ ਤਾਂ ਬੜੀ ਹੈਰਾਨੀ ਹੋਈ ਨਾ ਵੀ ਜਿਹੜੀਆਂ ਭਾਈ ਰਣਜੀਤ ਸਿੰਘ ਗੱਲਾਂ ਕਰ ਰਹੇ ਆ ਉਹ ਗੱਲਾਂ ਤੇ ਜਿਨ੍ਹਾਂ ਗੱਲਾਂ ਤੇ ਇਤਰਾਜ਼ ਆ ਉਹਨਾਂ ਨੂੰ, ਚਲੋ ਗੱਲਾਂ ਤਾਂ ਬੜੇ ਵਧੀਆ ਤਰੀਕੇ ਨਾਲ ਭਾਈ ਰਣਜੀਤ ਸਿੰਘ ਨਵੇਂ ਐਂਗਲਾਂ ਤੋਂ ਸਮਾਜ ਸੁਧਾਰ ਦੀਆਂ ਜਿਹੜੀਆਂ ਗੱਲਾਂ ਸਾਡੇ ਜੀਵਨ ਨੂੰ ਚੰਗਾ ਸਾਡੇ ਐਟੀਟਿਊਡ ਨੂੰ ਚੰਗਾ ਬਣਾਉਣ ਵਾਲੀਆਂ ਉਹ ਤਾਂ ਇਹਨਾਂ ਪ੍ਰਚਾਰਕਾਂ ਤੋਂ ਬੜੀਆਂ ਵੱਖਰੀਆਂ ਤੇ ਨਿਆਰੀਆਂ ਉਹਨਾਂ ਦੀਆਂ ਤੇ ਜਿਹੜੀਆਂ ਉਹਨਾਂ ਗੱਲਾਂ ਤੇ ਇਤਰਾਜ਼ ਵੀ ਕੋਈ ਨੀ ਗਾ ਕਿਸੇ ਟਕਸਾਲੀ ਨੂੰ ਕਿਸੇ ਬਾਬੇ ਨੂੰ, ਉਹਨਾਂ ਗੱਲਾਂ ਤੇ ਕੋਈ ਇਤਰਾਜ਼ ਨੀ ਗਾ। ਉਹਨਾਂ ਨੂੰ ਇਤਰਾਜ਼ ਉਹਨਾਂ ਗੱਲਾਂ ਤੇ ਹੈ ਜਿਹੜੀਆਂ ਗੱਲਾਂ ਉਹਨਾਂ ਦੀਆਂ ਸਰੋਵਰਾਂ ਦੇ ਪ੍ਰਤੀ ਬਾਣੀ ਨੂੰ ਪੜ੍ਹਨ ਦੇ ਪ੍ਰਤੀ ਨਜ਼ਰੀਆ ਜਿਹੜਾ ਜਾਂ ਜਿਸ ਤਰੀਕੇ ਦੇ ਨਾਲ ਭੋਰਿਆਂ ਦੇ ਵਿੱਚ ਤਪੱਸਿਆ ਕਰਨ ਵਾਲਾ ਨਜ਼ਰੀਆ ਜਿਹੜਾ ਉਹ ਮੁੱਦਿਆਂ ਦੇ ਉੱਤੋਂ ਜਿਹੜੀਆਂ ਬਾਬਿਆਂ ਨੂੰ ਟਕਸਾਲੀਆਂ ਨੂੰ ਪ੍ਰੋਬਲਮ ਹੈ ਜਾਂ ਜਿਹੜੇ ਗਿਣਤੀ ਦੇ ਪਾਠ ਹੈ ਜਾਂ ਕੁੱਤਰੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਉਹਦੇ ਤੋਂ ਪ੍ਰੋਬਲਮ ਹੈ ਸਾਰੀ ਉਹਨਾਂ ਨੂੰ। ਹੁਣ ਇਹ ਗੱਲਾਂ ਜਿਹੜੀਆਂ ਭਾਈ ਪੰਥਪ੍ਰੀਤ ਸਿੰਘ ਦਾਅਵਾ ਕਰ ਰਿਹਾ ਵੀ ਪਿਛਲੇ 17-18-20 ਸਾਲਾਂ ਤੋਂ ਜਿਹੜੀਆਂ ਉਸ ਇਲਾਕੇ ਦੇ ਪਰਟੀਕੁਲਰ ਉਸ ਇਲਾਕੇ ਦੇ ਵਿੱਚ ਉਹ ਕਰ ਰਹੇ ਆ ਤੇ ਭਾਈ ਪੰਥਪ੍ਰੀਤ ਸਿੰਘ ਦਾ ਕੋਈ ਵਿਰੋਧ ਨਹੀਂ ਹੋ ਰਿਹਾ ਉੱਥੇ, ਹੈਰਾਨੀ ਦੀ ਗੱਲ ਹੈ ਬਹੁਤ ਵੱਡੀ ਇਹ ਵੀ ਉਹਨਾਂ ਦਾ ਕੋਈ ਵਿਰੋਧ ਨਹੀਂ ਹੋ ਰਿਹਾ ਉੱਥੇ, ਪਰ ਭਾਈ ਰਣਜੀਤ ਸਿੰਘ ਦਾ ਦੀਵਾਨ ਲੱਗਣ ਆਇਆ ਉੱਥੇ ਮੋਗੇ ਦੇ ਵਿੱਚ। ਹੋਣਾ ਤਾਂ ਇਹ ਚਾਹੀਦਾ ਸੀਗਾ ਵੀ ਮੋਗਾ ਬਠਿੰਡਾ ਇਹ ਏਰੀਆ ਜਿਹੜਾ ਉਹ ਤਾਂ ਇੱਦਾਂ ਸੁੱਤਿਆ ਪਿਆ ਹੈ ਇੱਦਾਂ ਕਰਕੇ ਉਹਦੇ ਵਿੱਚ ਤਾਂ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਸੀ ਉਹਨਾਂ ਨੂੰ, ਬਿਲਕੁਲ ਉਹਨਾਂ ਦੇ ਦੀਵਾਨ ਤਾਂ ਇੱਦਾਂ ਵੱਧ ਚੜ ਕੇ ਲੱਗਣੇ ਚਾਹੀਦੇ ਸੀਗੇ ਪਰ ਇੱਦਾਂ ਨਹੀਂ ਹੋ ਰਿਹਾ ਗਾ। ਬਿਲਕੁਲ ਉੱਥੇ ਵਿਰੋਧ ਜਿਹੜਾ ਆਪਣੇ ਲੈਵਲ ਦੇ ਉੱਪਰ ਜਿਹੜਾ ਹੋਰ ਜਿਹੜੇ ਹੁਣ ਜਿਹੜੇ ਚੰਡੀਗੜ੍ਹ ਇਲਾਕੇ ਚ ਲੱਗਦੇ ਜਲੰਧਰ ਇਲਾਕੇ ਚ ਲੱਗਦੇ ਆ ਜਿਹੜੇ ਉੱਥੇ ਦੀਵਾਨ ਲੱਗ ਰਹੇ ਆ ਉੱਥੇ ਕੋਈ ਪ੍ਰੋਬਲਮ ਨਹੀਂ ਆ ਰਹੀ। ਹਾਂਜੀ ਜਿੱਥੇ ਜਿਹੜੇ ਮੋਗਾ ਇਲਾਕਾ ਜਿਹੜਾ ਇਹ ਇਲਾਕਾ ਜਿਹੜਾ ਬਠਿੰਡੇ ਤੋਂ ਮੋਗੇ ਵਾਲਾ ਸਾਰੀ ਜਿਹੜੀ ਬੈਲਟ ਹੈ ਉਹ ਜਿਹਨੂੰ ਇਹ ਕਿਹਾ ਜਾ ਰਿਹਾ ਸੀਗਾ ਵੀ ਉਹਨਾਂ ਸਾਫ਼ ਕਰਤਾ ਗੁਰਮਤ ਦੇ ਪ੍ਰਚਾਰ ਨਾਲ ਉਹਨਾਂ ਹੀ ਗੱਲਾਂ ਦਾ ਵਿਰੋਧ ਜਿਹੜਾ ਉਹ ਉੱਥੇ ਹੋ ਰਿਹਾ। ਹੁਣ ਬੜੀ ਜਿਹੜੀ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਵੀ ਜਾਂ ਤਾਂ ਪੰਥਪ੍ਰੀਤ ਸਿੰਘ ਝੂਠ ਬੋਲਦੇ ਆ ਜਾਂ ਫਿਰ ਪੰਥਪ੍ਰੀਤ ਸਿੰਘ ਦੀ ਵੈਲਿਊ ਕੋਈ ਨੀ ਉੱਥੇ, ਉਹਨਾਂ ਦੀ ਹੈਸੀਅਤ ਨੀ ਸਮਝੀ ਜਾ ਰਹੀ। ਬਿਲਕੁਲ ਜੀ ਬਿਲਕੁਲ, ਇੱਥੋਂ ਸੱਚ ਝੂਠ ਸਾਹਮਣੇ ਆ ਜਾਣਾ ਕਿ ਨਹੀਂ ਜੀ ਇਹਨਾਂ ਨੇ ਕੀਤਾ ਨੀ ਕੁਝ, ਉਹੀ ਸ਼ੋਸ਼ਾ ਹੀ ਬਣਾ ਸ਼ੋਸ਼ਾ ਜਾਂ ਤਾਂ ਹੁਣ ਤੁਸੀਂ ਦੱਸਣਾ ਪਊਗਾ ਤੁਹਾਨੂੰ ਵੀ ਯਾਰ ਤੁਹਾਨੂੰ ਮੰਨਣਾ ਪਊਗਾ ਸ਼ੋਸ਼ਾ ਛੱਡਿਆ ਸੀ ਅਸੀਂ ਤੇ ਜਾਂ ਫਿਰ ਤੁਹਾਨੂੰ ਦੱਸਣਾ ਪੈਣਾ ਇਹ ਗੱਲ ਵੀ ਤੁਹਾਡੀ ਸ਼ਾਇਦ ਹੈਸੀਅਤ ਕੋਈ ਨੀ। ਹੁਣ ਜਿਹੜਾ ਆਪਣਾ ਹੈਗਾ ਮਾਝੀ ਉਹਦੇ ਅੰਮ੍ਰਿਤਸਰ ਦੇ ਵਿੱਚ ਦੀਵਾਨ ਹੋਣ ਲੱਗੇ ਆ, ਮਾਝੀ ਵੀ ਤਾਂ ਉਹਨਾਂ ਗੱਲਾਂ ਨੂੰ ਕਰਦਾ ਹੀ ਹੈ ਜਿਹੜੀਆਂ ਗੱਲਾਂ ਤੇ ਉੱਥੇ ਟਕਸਾਲੀਆਂ ਨੂੰ ਬਾਬਿਆਂ ਨੂੰ ਪ੍ਰੋਬਲਮ ਹੈ ਮਾਝੀ ਵੀ ਕਹਿੰਦਾ ਹੀ ਹੈ, ਪਰ ਮਾਝੀ ਦਾ ਕੋਈ ਵਿਰੋਧ ਨਹੀਂ ਹੋਣ ਲੱਗਿਆ ਉੱਥੇ। ਹੁਣ ਉਹ ਤਾਂ ਤੁਹਾਨੂੰ ਫਾਇੰਡ ਆਊਟ ਕਰਨੀ ਪੈਣੀ ਹੈ ਵੀ ਇਹ ਪ੍ਰੋਬਲਮ ਆ ਕੀ ਹੈ, ਇਹ ਬੰਦੇ ਜਿਸ ਤਰੀਕੇ ਦੇ ਨਾਲ ਅੰਦਰ ਖਾਤੇ ਸਾਨੂੰ ਤਾਂ ਹੁਣ ਜਿਹੜੀ ਸ਼ੱਕ ਹੋਣੀ ਸ਼ੁਰੂ ਹੋਈ ਪਈ ਹੈ।